ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਤੁਹਾਡੇ ਚੈਨਲ ਵਿੱਚ ਸਵਾਗਤ ਹੈ। ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਬਹੁਤ ਸਾਰੇ ਵੀਰ ਪੁੱਛਦੇ ਨੇ ਕਿ ਪਾਰਟ 1, ਪਾਰਟ 2 ਜਾਂ ਪਾਰਟ 16 ਜਾਂ ਪਾਰਟ 28 ਉਹ ਕਿੱਥੋਂ ਮਿਲੇਗਾ। ਤੁਸੀਂ ਇੱਦਾਂ ਕਰ ਸਕਦੇ ਹੋ ਕਿ ਆਪਣੇ ਯੂਟਿਊਬ ਦੇ ਉੱਤੇ ਜੋ ਸਰਚ ਬੋਕਸ ਵਿੱਚ ਜਾਓਗੇ, ਚੈਨਲ ਦਾ ਨਾਮ ਲਿਖੋ, ਚੈਨਲ ਦੇ ਵਿੱਚ ਐਂਟਰ ਹੋ ਕੇ ਤੁਸੀਂ ਉਸਦੀਆਂ ਪਲੇਲਿਸਟ ਉੱਪਰ ਜਾ ਸਕਦੇ ਹੋ। ਪਲੇਲਿਸਟ ਚੈਪਟਰ 1 ਦੇ ਉੱਤੇ ਪਾਈ ਗਈ, ਉਸ ਵਿੱਚ 1 ਤੋਂ ਲੈ ਕੇ 35 ਤੱਕ ਦੀਆਂ ਸਾਰੀਆਂ ਕਿਸ਼ਤਾਂ ਉਸਦੇ ਵਿੱਚ ਹਨ, ਤੁਸੀਂ ਲਗਾਤਾਰ ਦੇਖ ਸਕਦੇ ਹੋ। ਉਸਦਾ ਜਿਹੜਾ ਰੰਗ ਹੋਏਗਾ ਹੋਰ ਹੋਏਗਾ, ਜਿਹੜਾ ਚੈਪਟਰ 2 ਹੋਏਗਾ ਇਸਦਾ ਰੰਗ ਇਸ ਵਾਰ ਨੀਲਾ ਕਰ ਦਿੱਤਾ ਗਿਆ ਹੈ। ਅਤੇ ਚੈਪਟਰ 2 ਦੇ ਵਿੱਚ ਜਾਓਗੇ ਤੁਹਾਨੂੰ ਚੈਪਟਰ 2 ਦੀਆਂ ਵੀਡੀਓ ਸਟਾਰਟਿੰਗ ਤੋਂ ਸਾਰੀਆਂ ਮਿਲਣਗੀਆਂ 36-37 ਨੰਬਰ। ਬਾਕੀ ਇੱਕ ਚੀਜ਼ ਦਾ ਖਿਆਲ ਰੱਖੋ ਕਿ ਸੀਰੀਅਲ ਨੰਬਰ ਜਿਹੜਾ ਹੋਏਗਾ ਉਹ ਲਗਾਤਾਰ ਅੱਗੇ ਹੀ ਵੱਧਦਾ ਜਾਏਗਾ, ਜਿਸ ਤਰ੍ਹਾਂ ਤੁਸੀਂ ਪਲੇਲਿਸਟਾਂ ਵਿੱਚ ਜਾ ਕੇ ਸਾਰੀਆਂ ਵੀਡੀਓ ਦੇਖ ਸਕਦੇ ਹੋ। ਚੱਲਦੇ ਹਾਂ ਆਪਣੇ ਅੱਜ ਦੇ ਸਵਾਲ ਦੇ ਉੱਪਰ। ਇੱਕ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਈਏ ਕਿ ਇਸ ਵੀਡੀਓ ਵਿੱਚ ਜਿਹੜੇ ਸਾਨੂੰ ਸਵਾਲ ਦਿਖਾਈ ਦਿੰਦੇ ਹਨ, ਇਹ ਸਵਾਲ ਜਿਹੜੇ ਗੌਰਮੈਂਟ ਵੱਲੋਂ ਨਿਰਧਾਰਿਤ ਕੀਤੇ ਗਏ ਹਨ, ਉਹੀ ਸਵਾਲ ਤੁਹਾਨੂੰ ਇਸ ਪੇਪਰ ਦੇ ਵਿੱਚ ਦਿਖਾਏ ਜਾਂਦੇ ਹਨ, ਇਸ ਵੀਡੀਓ ਦੇ ਵਿੱਚ। ਅਤੇ ਜਿਹੜੇ ਪੇਪਰ ਦੇ ਵਿੱਚ ਸਵਾਲ ਆਉਣੇ ਹਨ ਇਹਨਾਂ ਦੇ ਵਿੱਚੋਂ ਹੀ ਆਉਣੇ ਹਨ। ਹੁਣ ਚੱਲਦੇ ਹਾਂ ਜੀ ਪਹਿਲੇ ਸਵਾਲ ਦੇ ਉੱਤੇ। ਇਹ ਜਿਹੜਾ ਆਪਣਾ ਅੱਜ ਦਾ ਟੋਪਿਕ ਹੈ ਜੀ, ਅੱਜ ਦਾ ਲੈਸਨ ਹੈ ਕੁਨੇਤਾ ਦੇ ਉੱਤੇ ਸੰਬੰਧਿਤ, ਇਹ ਵੀ ਕੁਨੇਤਾ ਦੇ ਨਾਲ ਸੰਬੰਧਿਤ ਜਿੰਨੇ ਵੀ ਸਵਾਲ ਹਨ ਸਾਰੇ ਹੀ ਇਸ ਦੇ ਵਿੱਚ ਐਡ ਕਰਾਂਗੇ। ਇਨ ਪ੍ਰੈਜ਼ੈਂਸਾ ਦੇ ਸਿਨੇਲੇ ਰਫਿਗਰਾ ਤੋਂ, ਇਹ ਨੈਚੇਸਾਰੀਓ, ਨੈਚੇਸਾਰੀਓ ਹੁੰਦਾ ਜ਼ਰੂਰੀ, ਮੁਦਰਾਰੇ ਮੁੱਲ ਕਿਸੇ ਚੀਜ਼ ਨੂੰ ਸਹੀ ਅਮਲ ਦੇ ਸਹੀ ਜਿੱਦਾਂ ਕਰਨਾ, ਕਿਸੇ ਮੁਦਰਾਰੇ ਮੁੱਲ ਜੇ ਕੋਈ ਜ਼ਿਆਦਾ ਤੇਜ਼ ਹੈ ਤਾਂ ਉਸਨੂੰ ਹੌਲੀ ਕਰਨਾ, ਇੱਕ ਲਿਮਿਟ ਦੇ ਵਿੱਚ ਲੈ ਕੇ ਆਉਣਾ, ਲਾ ਵਿਲੋਚਿਤਾ ਹੁੰਦੀ ਹੈ ਸਪੀਡ। ਫਿਰ ਐਵਿਤਾਰੇ ਮੁੱਲ ਬਚਣਾ, ਦਾਨੀ ਆਲੇ ਸਸਪੈਂਸ਼ਨੇ, ਸਸਪੈਂਸ਼ਨੇ ਹੁੰਦਾ ਜਿਹੜੇ ਸ਼ੋਕਰ ਵਗੈਰਾ ਗੱਡੀਆਂ ਦੇ, ਸਸਪੈਂਸ਼ਨ ਜਿਹੜਾ ਸਿਸਟਮ ਹੁੰਦਾ ਹੈ, ਸ਼ੋਕਰ ਸਿਸਟਮ ਜਿਹਨੂੰ ਆਪਾਂ ਕਹਿ ਸਕਦੇ ਹਾਂ, ਜਿਹੜਾ ਕਿ ਝਟਕੇ ਤੋਂ ਬਚਾਉਂਦਾ ਹੈ। ਜਦੋਂ ਆਪਾਂ ਗੱਡੀ ਦੇ ਵਿੱਚ ਬੈਠਦੇ ਹਾਂ ਤਾਂ ਝਟਕੇ ਨਹੀਂ ਲੱਗਦੇ, ਉਹ ਸ਼ੋਕਰ ਸਿਸਟਮ ਹੀ ਹੁੰਦਾ ਜਿਹੜਾ ਕਿ ਸਪਰਿੰਗ ਵਗੈਰਾ ਜਿਹੜੇ ਝਟਕੇ ਤੋਂ ਬਚਾਉਂਦੇ ਹਨ। ਇਹਦਾ ਮੁੱਲ ਇਹ ਹੈ ਕਿ ਇਨ ਪ੍ਰੈਜ਼ੈਂਸਾ ਟੈਕਨੋਲੋਜੀ, ਤੁਹਾਨੂੰ ਇਹ ਨਿਸ਼ਾਨ ਜਿਹੜਾ ਜਿੱਥੇ ਵੀ ਮਿਲੇ ਤਾਂ ਇਸਦਾ ਮੁੱਲ ਇਹ ਹੈ ਕਿ ਤੁਹਾਨੂੰ ਉਸ ਜਗ੍ਹਾ ਦੇ ਉੱਤੇ ਜਿਹੜੀ ਸਪੀਡ ਹੈ ਗੱਡੀ ਦੀ ਉਹਨੂੰ ਤੁਸੀਂ ਸਹੀ ਕਰਕੇ ਰੱਖਣਾ ਹੈ ਲਿਮਿਟ ਦੇ ਵਿੱਚ, ਤਾਂ ਕਿ ਜਿਹੜੇ ਤੁਹਾਡੇ ਸ਼ੋਕਰ ਵਗੈਰਾ ਹਨ, ਗੱਡੀ ਦਾ ਸਸਪੈਂਸ਼ਨ ਸਿਸਟਮ ਹੈ, ਉਸਨੂੰ ਖਰਾਬੀ ਨਾ ਪਹੁੰਚੇ। ਨੈਕਸਟ ਸਵਾਲ ਹੈ ਜੀ, ਇਨ ਪ੍ਰੈਜ਼ੈਂਸਾ ਦੇ ਸਿਨੇਲੇ ਦਾ ਫਿਗਰਾ ਤੋਂ, ਇਹ ਨੈਚੇਸਾਰੀਓ, ਮੋਦਰਾਰੀ ਦਾ ਵਿਲੋਚਿਤ ਪੇਰਮਨ ਤਨੇਰੇ ਇਲ ਕੰਟਰੋਲੋ ਦੈਲ ਵਹੀਕਲ। ਉਹ ਕਹਿੰਦਾ ਹੈ ਕਿ ਜਿੱਥੇ ਵੀ ਨਿਸ਼ਾਨ ਤੁਹਾਨੂੰ ਮਿਲਦਾ ਹੈ ਉਸ ਜਗ੍ਹਾ ਦੇ ਉੱਤੇ ਜ਼ਰੂਰੀ ਹੈ ਕਿ ਤੁਸੀਂ ਜਿਹੜੀ ਸਪੀਡ ਨੂੰ ਕੰਟਰੋਲ ਕਰਨਾ ਹੈ, ਤਾਂ ਕਿ ਜਿਹੜੀ ਗੱਡੀ ਦੇ ਉੱਤੇ ਤੁਹਾਡਾ ਕੰਟਰੋਲ ਹੈ ਉਹ ਲਗਾਤਾਰ ਮੇਨਟੇਨ ਰਹੇ, ਬਰਕਰਾਰ ਰਹੇ। ਮਨ ਤਨੇਰੇ ਹੁੰਦਾ ਹੈ ਮੇਨਟੇਨ ਕਰਨਾ, ਮੇਨਟੇਨ ਰਹਿਣਾ ਮੁੱਲ ਤੋਂ। ਅਗਲਾ ਹੈ ਜੀ, ਇਨ ਪ੍ਰੈਜ਼ੈਂਸਾ ਦੇ ਸਿਨੇਲੇ ਰਫਿਗਰਾ ਤੋਂ, ਇਹ ਨੈਚੇਸਾਰੀਓ, ਤਨੇਰੇ ਇਲ ਬੁਲਾਂਤੇ ਕੌਣ ਉਹਨਾਂ ਪ੍ਰੇਜ਼ਾ ਪਿਊ ਸਿਕੂਰਾ। ਉਹ ਕਹਿੰਦਾ ਕਿ ਇਸ ਸਿਗਨਲ ਦੇ ਮੌਜੂਦਗੀ ਦੇ ਵਿੱਚ ਇਹ ਸਿਗਨਲ ਇਹ ਦਰਸਾਉਂਦਾ ਹੈ ਕਿ ਨੈਚੇਸਾਰੀਓ ਹੁੰਦਾ ਜ਼ਰੂਰੀ, ਤਨੇਰੇ ਮੈਨੇ ਪਕੜਨਾ, ਤਨੇਰੇ ਇਲ ਬੁਲਾਂਤੇ, ਸਟੇਰਿੰਗ ਨੂੰ ਫੜਨਾ, ਕੌਣ ਪ੍ਰੇਜ਼ਾ ਪਿਊ ਸਿਕੂਰਾ ਚੰਗੀ ਤਰ੍ਹਾਂ। ਉਹ ਕਹਿੰਦਾ ਕਿ ਜਿੱਥੇ ਵੀ ਤੁਹਾਨੂੰ ਨਿਸ਼ਾਨ ਮਿਲਦਾ ਹੈ ਉੱਥੇ ਤੁਸੀਂ ਇਹ ਜ਼ਰੂਰੀ ਕੰਮ ਕਰਨਾ ਹੈ ਕਿ ਜਿਹੜਾ ਗੱਡੀ ਦਾ ਸਟੇਅਰਿੰਗ ਹੈ, ਅਗਰ ਉਹ ਮੰਨ ਲਓ ਕਾਰ ਹੈ ਤਾਂ ਸਟੇਅਰਿੰਗ ਹੋਏਗਾ ਉਸਦਾ, ਅਗਰ ਉਹ ਮੋਟਰਸਾਈਕਲ ਹੈ ਜਾਂ ਸਕੂਟਰ ਤਾਂ ਉਸਦਾ ਹੈਂਡਲ ਹੋਏਗਾ, ਠੀਕ ਹੈ ਜੀ। ਤੁਸੀਂ ਉਸਦੇ ਸਟੇਅਰਿੰਗ ਨੂੰ ਚੰਗੀ ਤਰ੍ਹਾਂ ਫੜ ਕੇ ਰੱਖਣਾ ਹੈ ਤਾਂ ਕਿ ਜਿਹੜਾ ਤੁਸੀਂ ਚੰਗੀ ਤਰ੍ਹਾਂ ਸਿਕਿਓਰ, ਮਤਲਬ ਸਿਕਿਓਰ ਹੋ ਸਕੋ, ਕਿਉਂਕਿ ਟੋਏ ਦੇ ਵਿੱਚ ਜਾਂ ਕੋਈ ਡੂੰਘੀ ਜਗ੍ਹਾ ਦੇ ਵਿੱਚ ਆ ਕੇ ਕਈ ਵਾਰੀ ਗੱਡੀ ਇੱਧਰ ਉੱਧਰ ਜਾ ਸਕਦੀ, ਇਸ ਕਰਕੇ ਕਿਹਾ ਗਿਆ ਹੈ ਕਿ ਸਟੇਅਰਿੰਗ ਨੂੰ ਘੁੱਟ ਕੇ ਹੀ ਫੜਨਾ ਹੈ। ਨੈਕਸਟ, ਇਨ ਪ੍ਰੈਜ਼ੈਂਸਾ ਦੇ ਸਿਨੇਲੇ ਰਫਿਗਰਾ ਤੋਂ, ਇਹ ਇਨ ਕਾਜ਼ੋ ਦੀ ਪੂਜਾ, ਕਾਜ਼ੋ ਦੀ ਪੂਜਾ ਹੁੰਦਾ ਕਿ ਮੀਂਹ ਪੈਣ ਦੀ ਹਾਲਤ ਦੇ ਵਿੱਚ, ਇਹ ਨੈਚੇਸਾਰੀਓ, ਪ੍ਰੀ ਵਧੇਰੇ ਲਾ ਪੋਸੀਬਿਲਤਾ ਦੀ ਅਕੂਮੋਲੋ ਦੀ ਆਕਵਾ ਨੀਲਾ ਕੁਨੇਤਾ। ਉਹ ਕਹਿੰਦਾ ਕਿ ਜਿੱਥੇ ਵੀ ਤੁਹਾਨੂੰ ਨਿਸ਼ਾਨ ਮਿਲਦਾ ਹੈ ਉਸ ਜਗ੍ਹਾ ਦੇ ਉੱਤੇ ਆਪਣੇ ਤੁਸੀਂ ਖਾਸ ਖਿਆਲ ਰੱਖਣਾ ਹੈ ਕਿ ਜੇ ਮੀਂਹ ਪੈ ਰਿਹਾ ਹੈ ਤਾਂ ਉਸ ਟਾਈਮ ਬਹੁਤ ਜ਼ਿਆਦਾ ਜ਼ਰੂਰੀ ਹੈ, ਮਤਲਬ ਜ਼ਰੂਰੀ ਹੋ ਜਾਂਦਾ ਕਿ ਤੁਸੀਂ ਧਿਆਨ ਰੱਖਣਾ ਹੈ, ਕਿਉਂਕਿ ਇਸ ਜਗ੍ਹਾ ਦੇ ਉੱਤੇ ਜਿਹੜਾ ਆਕਵਾ ਹੈ ਜੀ, ਪਾਣੀ ਹੈ ਜਿਹਨੂੰ ਆਪਾਂ ਆਕਵਾ ਕਹਿੰਦੇ ਹਾਂ, ਇਕੱਠਾ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੁੰਦੀ ਹੈ। ਨੈਕਸਟ ਆਪਣਾ ਸਵਾਲ ਹੈ, ਇਨ ਪ੍ਰੈਜ਼ੈਂਸਾ ਦੇ ਸਿਨੇਰੀਓ ਦਾ ਫਿਗਰਾ ਤੋਂ, ਇਹ ਨੈਚੇਸਾਰੀਓ, ਪ੍ਰਵਿਦਰੇ ਦਾ ਪੋਸੀਬਿਲਤਾ ਦੀ ਅਕੋਮੋਲੋ ਦੀ ਫਾਂਗੋ, ਇਹ ਦਿਤਰੀਤੀ ਨੇਲਾ ਕੁਨੇਤਾ। ਫਾਂਗੋ ਦਿਤਰੀਤੀ ਹੁੰਦਾ ਜਿੱਦਾਂ ਕਿ ਕੂੜਾ ਕਰਗਟ, ਉੱਲੀ ਵਗੈਰਾ, ਹੋਰ ਇਹੋ ਜਿਹੀਆਂ ਚੀਜ਼ਾਂ ਜਿੱਦਾਂ ਕਿ ਸਲਾਬ ਨਾਲ ਸੰਬੰਧਿਤ, ਮਿੱਟੀ ਘੱਟਾ। ਉਹ ਕਹਿੰਦਾ ਕਿ ਪ੍ਰੈਜ਼ੈਂਸਾ ਦੇ ਸਿਨੇਰੀਓ, ਜਿੱਥੋਂ ਵੀ ਸਾਨੂੰ ਇਹ ਨਿਸ਼ਾਨ ਮਿਲਦਾ ਹੈ ਇਹ ਜ਼ਰੂਰੀ ਹੈ, ਤੁਸੀਂ ਕਹਿੰਦਾ ਦੇਖਣਾ ਹੈ ਕਿ ਹੋ ਸਕਦਾ ਹੈ ਕਿ ਜਦੋਂ ਕਿਤੇ ਵੀ ਇਹਦੇ ਵਿੱਚ ਤੁਹਾਨੂੰ ਕੋਈ ਕੂੜਾ ਕਰਕਟ, ਕੋਈ ਉੱਲੀ ਵਗੈਰਾ, ਕੋਈ ਹਰਿਆਲੀ, ਕੋਈ ਤਿਲਕਣ ਵੀ ਤੁਹਾਨੂੰ ਇਸ ਚੀਜ਼ ਦੇ ਵਿੱਚ ਮਿਲੇ ਜੋ ਤੁਸੀਂ ਇਸ ਜਗ੍ਹਾ ਦੇ ਉੱਤੇ ਪਹੁੰਚਦੇ ਹੋ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਅਗਰ ਇੱਕ ਪੁਲ ਥੱਲਿਓਂ ਦੀ ਜਾ ਰਿਹਾ, ਮੰਨ ਲਓ ਰੇਲਵੇ ਲਾਈਨ ਦੇ, ਕੁਦਰਤੀ ਗੱਲ ਹੈ ਕਿ ਅਗਰ ਉਹ ਥੱਲਿਓਂ ਦੀ ਜਾ ਰਿਹਾ ਹੈ ਤਾਂ ਉਸਦੇ ਵਿੱਚ ਧੁੱਪ ਵਗੈਰਾ ਨਹੀਂ ਪੈ ਰਹੀ, ਜਿਹੜਾ ਪਾਣੀ ਉਸਦੇ ਵਿੱਚ ਥੋੜ੍ਹਾ ਬਹੁਤ ਰਿਸਦਾ ਰਹਿੰਦਾ ਹੈ ਮੀਂਹ ਮੂੰਹ ਦਾ ਕਈ ਵਾਰ, ਜਿਸ ਕਰਕੇ ਉੱਲੀ ਵਗੈਰਾ ਲੱਗਣ ਦੀ ਜਾਂ ਕਿ ਇਹੋ ਜਿਹੀ ਤਿਲਕਣ ਵਗੈਰਾ ਉਸਦੇ ਉੱਤੇ ਕਈ ਵਾਰ ਬਣ ਜਾਂਦੀ ਹੈ, ਜਾਂ ਕਈ ਵਾਰ ਕੂੜਾ ਕਰਕਟ ਵਗੈਰਾ ਵੀ ਜਿਹੜਾ ਸਾਨੂੰ ਆਸ ਪਾਸ ਦਾ ਕੋਈ
ਥੋੜ੍ਹਾ ਬਹੁਤ ਹਵਾ ਮਿੱਟੀ ਘੱਟਾ ਰਿੜ ਕੇ ਉਸ ਪਾਸੇ ਆ ਸਕਦਾ ਹੈ। ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਹੈ। ਨੈਕਸਟ ਸਵਾਲ ਆਪਣਾ ਗਲਤ ਸਵਾਲ ਹੈ ਜੀ। ਇਹਨੂੰ ਪ੍ਰਤੀਨਿਧ ਸਤਲ ਸਿੰਘ ਨੇ ਰਫਿਕਰਾ ਤੋਂ ਇਹ ਨੇਚੇ ਸਾਰੀਓ ਰਾਲਿਨ ਤਾਰੇ ਹੁੰਦਾ ਹੌਲੀ ਕਰਨਾ ਸੋਲੋ ਸੋਲੋ ਮੈਨੇ ਓਨਲੀ ਸਿਰਫ ਸੇ ਪ੍ਰੋਵੈਂਗ ਨੂੰ ਸੇ ਦਾ ਮੁੱਲ ਹੁੰਦਾ ਜੇ ਪ੍ਰੋਵੈਂਗ ਨੂੰ ਵੀਕੁਲੀ ਦਿਲ ਸੈਂਸ ਓ ਪੋਸਟ ਤੋਂ ਕਹਿੰਦਾ ਕਿ ਜਿੱਥੇ ਵੀ ਸਾਨੂੰ ਨਿਸ਼ਾਨੇ ਦਿਖਾਈ ਦਿੰਦਾ ਹੈ ਉੱਥੇ ਤੁਸੀਂ ਗੱਡੀ ਨੂੰ ਹੌਲੀ ਕਰਨਾ ਹੈ, ਸਿਰਫ ਉਸ ਟਾਈਮ ਹੌਲੀ ਕਰਨਾ ਜੇ ਸਾਹਮਣੇ ਵਾਲੇ ਪਾਸਿਓਂ ਕੋਈ ਗੱਡੀ ਆ ਰਹੀ ਹੈ। ਬਿਲਕੁਲ ਗਲਤ ਸਵਾਲ ਹੈ ਜੀ। ਇਹਨੂੰ ਪ੍ਰਜੈਂਸ ਲਿਸਨੇ ਲਈ ਰਾਫੀ ਗ੍ਰਾਹ ਤੋਂ ਨੋਨ ਇਹ ਨੈਚੇਸਾਰੀ ਹੋ ਨੋਨ ਇਹ ਨੈਚੇਸਾਰੀ ਤੋਂ ਮਤਲਬ ਹੁੰਦਾ ਕਿ ਜ਼ਰੂਰੀ ਨਹੀਂ ਹੈ। ਰਲਨ ਤਾਰੇ ਮੈਨੇ ਹੌਲੀ ਕਰਨਾ ਸੇ ਲਾ ਕੁਨੇਤਾ ਪ੍ਰਜੈਂਟਾ ਵਿਜੀਬਿਲਤਾ ਉਹ ਕਹਿੰਦੇ ਕਿ ਜੇ ਤੁਹਾਨੂੰ ਇਹ ਨਿਸ਼ਾਨ ਦਿਖਾਈ ਦਿੰਦਾ ਹੈ ਤਾਂ ਉਸ ਜਗ੍ਹਾ ਦੇ ਉੱਤੇ ਜਿਹੜੀ ਗੱਡੀ ਨੂੰ ਹੌਲੀ ਕਰਨਾ ਜ਼ਰੂਰੀ ਨਹੀਂ ਹੈ। ਜੇ ਤੁਹਾਨੂੰ ਜਿਹੜੀ ਵਿਜੀਬਿਲਟੀ ਸਹੀ ਦਿਖਾਈ ਦਿੰਦੀ ਹੈ ਮਤਲਬ ਸਾਹਮਣੇ ਵਾਲੀਆਂ ਗੱਡੀਆਂ ਜਿਹੜੀਆਂ ਸਾਹਮਣੇ ਆਲੇ ਪਾਸੇ ਤੋਂ ਆ ਰਹੀਆਂ ਹਨ ਉਹ ਤੁਹਾਨੂੰ ਵਿਜੀਬਿਲਟੀ ਜਾਂ ਗੱਡੀਆਂ ਦਿਖਾਈ ਦਿੰਦੀਆਂ ਹਨ ਤਾਂ ਤੁਹਾਨੂੰ ਗੱਡੀ ਹੌਲੀ ਕਰਨ ਦੀ ਕੋਈ ਲੋੜ ਨਹੀਂ ਹੈ। ਗਲਤ ਸਵਾਲ ਹੈ ਜੀ, ਖਿਆਲ ਰੱਖਿਓ। ਨੈਕਸਟ ਆਪਣਾ ਹੈ ਜੀ ਇਹਨੇ ਪ੍ਰਜੈਂਸਾ ਦੇ ਸਿਗਨਲ ਦਾ ਫਿਗਰਾ ਤੋਂ ਇਸ ਸਿਗਨਲ ਦੀ ਹਾਜ਼ਰੀ ਦੇ ਵਿੱਚ ਇਹ ਵੀਹ ਤੱਤੋਂ ਹੁੰਦਾ ਮਨਾ ਇਲ ਸੁਰਪਾਸੋ ਸੁਰਪਾਸੋ ਹੁੰਦਾ ਓਵਰਟੇਕ ਕਰਨਾ ਸੇ ਸੀ ਚਿਰਕੂਲਾ ਇਨ ਉਹਨਾਂ ਸਤਰਾ ਦਾ ਆ ਸੈਂਸੋਨੀਕੋ ਸੇ ਸੀ ਚਿਰਕੂਲਾ ਇਨ ਉਹਨਾਂ ਸਤਰਾ ਦਾ ਆ ਸੈਂਸੋਨੀਕੋ ਜਾਣੀ ਕਿ ਜੇ ਇੱਕ ਪਾਸੇ ਨੂੰ ਹੀ ਗੱਡੀਆਂ ਵਾਲੀ ਸੜਕ ਦੀ ਆਵਾਜਾਈ ਹੈ ਸੈਂਸੋਨੀਕੋ ਹੁੰਦਾ ਕਿ ਗੱਡੀਆਂ ਸਿਰਫ ਇੱਕ ਪਾਸੇ ਤੋਂ ਜਾ ਸਕਦੀਆਂ ਹਨ ਅਤੇ ਸਾਹਮਣੇ ਵਾਲੇ ਪਾਸਿਓਂ ਕੋਈ ਵੀ ਗੱਡੀ ਨਹੀਂ ਆ ਸਕਦੀ। ਹੁਣ ਇਹਦੇ ਵਿੱਚ ਦੇਖੋ ਕਿੱਦਾਂ ਪੁੱਠਾ ਸਵਾਲ ਪੁੱਛਦਾ ਹੈ। ਇਹ ਕਹਿੰਦਾ ਕਿ ਜਿੱਥੇ ਵੀ ਤੁਹਾਨੂੰ ਇਹ ਨਿਸ਼ਾਨ ਦਿਖਾਈ ਦਿੰਦਾ ਹੈ ਇਹ ਨਿਸ਼ਾਨ ਇਹ ਦੱਸਦਾ ਹੈ ਕਿ ਗੱਡੀ ਨੂੰ ਓਵਰਟੇਕ ਕਰਨਾ ਮਨਾ ਹੈ ਕਿਉਂਕਿ ਜਿਹੜੀਆਂ ਗੱਡੀਆਂ ਹਨ ਇਹ ਜਿਹੜੀ ਸੜਕ ਹੈ ਇਹ ਸੈਂਸੋਨੀਕੋ ਹੈ ਮਤਲਬ ਇੱਕ ਪਾਸੇ ਹੀ ਇਹ ਰਸਤਾ ਜਾਂਦਾ ਹੈ ਦੂਜੇ ਪਾਸੇ ਸਾਹਮਣੇ ਵਾਲੇ ਪਾਸੋਂ ਗੱਡੀ ਨਹੀਂ ਆ ਸਕਦੀ। ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸਦਾਈ ਬੰਦਿਆਂ ਨੂੰ ਬਣਾਉਂਦੇ ਹਨ। ਹੁਣ ਇਸ ਟੋਪਿਕ ਦਾ ਅਗਲਾ ਸਵਾਲ ਹੈ ਉਸਦੇ ਉੱਤੇ ਜਾਣ ਤੋਂ ਪਹਿਲਾਂ ਲਾਸਟ ਸਵਾਲ ਹੈ ਜੀ ਇਸ ਟੋਪਿਕ ਦਾ ਇੱਕ ਬੇਨਤੀ ਹੈ ਅਗਰ ਇਹ ਲਾਇਸੈਂਸ ਜਾਂ ਵੀਡੀਓ ਜਾਂ ਲਾਇਸੈਂਸ ਵਗੈਰਾ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਹਿਲੇ ਲੈਸਨ ਤੋਂ ਜ਼ਰੂਰ ਕਰੋ ਅਤੇ ਬਾਕੀ ਪਲੇਲਿਸਟਾਂ ਵਿੱਚ ਜਾ ਕੇ ਤੁਸੀਂ ਸਾਰੇ ਜਿਹੜੇ ਲੈਸਨ ਹਨ ਉਹਨੂੰ ਕੰਪਲੀਟ ਕਰ ਸਕਦੇ ਹੋ। ਇਹਦੇ ਨਾਲ ਜਿਹੜਾ ਤੁਹਾਡੀ ਇੱਕ ਬੇਸ ਤੁਹਾਡਾ ਸੋਲਿਡ ਬਣੇਗਾ। ਬਾਕੀ ਤੁਹਾਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਸਾਡੇ ਕੋਲ ਇਸ ਦੇ ਵਿੱਚੋਂ ਹੀ ਪੜ੍ਹੋ, ਇਹ ਤੁਹਾਡੇ ਵਾਸਤੇ ਬਣਾਇਆ ਜਾ ਰਿਹਾ ਸਾਰਾ ਕੁਝ ਅਵੇਲੇਬਲ ਹੈ, ਤੁਸੀਂ ਜਦੋਂ ਦਿਲ ਚਾਹੇ ਤੁਹਾਡਾ ਤੁਸੀਂ ਪੜ੍ਹ ਸਕਦੇ ਹੋ ਅਤੇ ਬਾਕੀ ਹੋਰ ਵੀ ਤੁਸੀਂ ਕੋਈ ਸਟੱਡੀ ਕਰ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਇਹ ਤਾਂ ਅਸੀਂ ਇੱਕ ਸੌਖਾ ਤਰੀਕਾ ਤੁਹਾਨੂੰ ਇਸ ਕਰਕੇ ਦੱਸਿਆ ਕਿ ਕੁਇਜ਼ ਵਗੈਰਾ ਕਰਨ ਦੀ ਲੋੜ ਕਿਉਂ ਨਹੀਂ ਹੈ, ਕਿਉਂਕਿ ਜੇ ਤੁਸੀਂ ਸੀਰੀਅਲ ਵਾਈਜ਼ ਚੱਲੋਗੇ ਚੈਪਟਰ ਵਾਈਜ਼ ਤਾਂ ਇਹਦੇ ਨਾਲ ਜਿਹੜਾ ਤੁਹਾਨੂੰ ਜ਼ਿਆਦਾ ਬੈਨੀਫਿਟ ਮਿਲਣਗੇ। ਅਗਰ ਤੁਸੀਂ ਚੈਪਟਰ ਪਹਿਲਾਂ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਤੁਸੀਂ ਪੂਰਾ ਚੈਪਟਰ ਕੰਪਲੀਟ ਕਰਕੇ ਤੁਸੀਂ ਉਸਦੇ ਉੱਤੇ ਬਾਅਦ ਚੈਪਟਰ ਬੰਦ ਕੁਇਜ਼ ਕਰਦੇ ਹੋ ਤਾਂ ਤੁਸੀਂ ਦੇਖੋਗੇ ਕਿ ਤੁਹਾਡੇ ਜਿਹੜੇ ਨੰਬਰ ਹਨ ਉਹਨਾਂ ਦੇ ਵਿੱਚੋਂ ਪੂਰੇ ਪੂਰੇ ਨੰਬਰ ਆਉਣੇ ਸ਼ੁਰੂ ਹੋ ਚੁੱਕੇ ਹਨ। ਬਸ ਧਿਆਨ ਇਸ ਚੀਜ਼ 'ਤੇ ਰੱਖਣਾ ਕਿ ਪੂਰਾ ਚੰਗੀ ਤਰ੍ਹਾਂ ਪੜ੍ਹਨਾ ਹੈ ਧਿਆਨ ਲਾ ਕੇ। ਹੁਣ ਲਾਸਟ ਸਵਾਲ ਦੇ ਉੱਤੇ ਚੱਲਦੇ ਹਾਂ ਇਲਸ ਨਾਲੇ ਰਫੀ ਗ੍ਰਾਹ ਤੋਂ ਪ੍ਰੀ ਉਨੂੰਚੀਆ ਉਹਨਾਂ ਬਣ ਕੇ ਨਾ ਕਦੇ ਬੋਲਿਆ ਉਹ ਕਹਿੰਦੇ ਕਿ ਨਿਸ਼ਾਨੀ ਦਰਸਾਉਂਦਾ ਹੈ ਇਹ ਇੱਕ ਚੇਤਾਵਨੀ ਦੇ ਰਿਹਾ ਕਿ ਜਿਹੜੇ ਅੱਗੇ ਉਹ ਪੈਦਲ ਚੱਲਣ ਵਾਲਾ ਰਸਤਾ ਹੈ ਉਹ ਤਿਲਕਣ ਵਾਲਾ ਤਿਲਕਣ ਨਾਲ ਭਰਪੂਰ ਹੈ। ਬਿਲਕੁਲ ਗਲਤ ਹੈ ਜੀ ਇਹ ਸਵਾਲ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਵਾਲ ਕਿੱਦਾਂ ਮਤਲਬ ਥੋੜ੍ਹਾ ਬਹੁਤ ਘੁਮਾ ਫਿਰਾ ਕੇ ਪੁੱਛੇ ਜਾਂਦੇ ਹਨ ਜਦੋਂ ਪੰਜਾਬੀ ਦੇ ਵਿੱਚ ਹੁਣ ਤੁਹਾਨੂੰ ਚੰਗੀ ਤਰ੍ਹਾਂ ਅਸੀਂ ਬੋਲ ਬੋਲ ਕੇ ਦੱਸਿਆ ਹੈ। ਜੇ ਅਸੀਂ ਪੰਜਾਬੀ ਦੇ ਵਿੱਚ ਬੋਲਣ ਦੀ ਜਗ੍ਹਾ ਦੇ ਉੱਤੇ ਲਿਖ ਕੇ ਤੁਹਾਨੂੰ ਦੱਸੀਏ ਤਾਂ ਫਿਰ ਜ਼ਿਆਦਾ ਆਪਾਂ ਸ਼ਬਦਾਂ ਵਿੱਚ ਉਸਨੂੰ ਨਹੀਂ ਲਿਖ ਸਕਦੇ, ਉਹਦੇ ਵਿੱਚ ਜਿਹੜੀ ਸਮਝ ਹੈ ਤੁਹਾਨੂੰ ਘੱਟ ਆਏਗੀ। ਇਸ ਤਰ੍ਹਾਂ ਇਕੱਲੇ ਇਕੱਲੇ ਸਵਾਲ ਦੇ ਉੱਤੇ ਜਦੋਂ ਅਸੀਂ ਫਿਰ ਥੋੜ੍ਹਾ ਜਿਹਾ ਜ਼ਿਆਦਾ ਐਕਸਪਲੇਨੇਸ਼ਨ ਕਰਦੇ ਇਹਦੇ ਨਾਲ ਬੰਦੇ ਨੂੰ ਸਮਝ ਚੰਗੀ ਤਰ੍ਹਾਂ ਆਉਂਦੀ ਹੈ ਅਤੇ ਉਮੀਦ ਇਹੀ ਸਾਡੀ ਹੁੰਦੀ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਉਣੀ ਜ਼ਰੂਰੀ ਹੈ ਕਿਉਂਕਿ ਤੁਸੀਂ ਔਨਲਾਈਨ ਸਟੱਡੀ ਕਰ ਰਹੇ ਹੋ ਆਪਣੇ ਘਰ ਦੇ ਵਿੱਚ ਹੀ। ਇਸ ਕਰਕੇ ਜੇ ਸਟੱਡੀ ਫਿਰ ਨਾ ਚੰਗੀ ਤਰ੍ਹਾਂ ਸਮਝ ਆਵੇ ਤਾਂ ਫਿਰ ਚੰਗੀ ਗੱਲ ਨਹੀਂ ਹੈ। ਬਾਕੀ ਵੀਡੀਓ ਦੇਖੀਏ, ਧੰਨਵਾਦ ਜੀ। ਵੀਡੀਓ ਨੂੰ ਲਾਈਕ ਕਰ ਸਕਦੇ ਹੋ ਜੇ ਚੰਗੀ ਲੱਗਦੀ ਹੋਵੇ, ਜਿੰਨੀਆਂ ਲਾਈਕਸ ਜਿੰਨੇ ਜ਼ਿਆਦਾ ਵਿਊ ਹੋਣਗੇ ਉਨੀਆਂ ਹੀ ਜ਼ਿਆਦਾ ਸਪੀਡ 'ਤੇ ਆਪਾਂ ਵੀਡੀਓ ਹੋਰ ਪਾਵਾਂਗੇ। ਜੇ ਕੋਈ ਦੇਖਣ ਵਾਲਾ ਬੰਦਾ ਨਹੀਂ ਹੋਏਗਾ ਤਾਂ ਫਿਰ ਵੀਡੀਓ ਜਿਹੜੀਆਂ ਕੁਦਰਤੀ ਤੌਰ 'ਤੇ ਘੱਟ ਪਈਆਂ ਜਾਣਗੀਆਂ। ਬਾਕੀ ਫਿਲਹਾਲ ਜਿਹੜਾ ਜੀ 100 ਦੇ ਆਸ ਪਾਸ ਬੰਦਾ ਹੈ ਜਿਹੜਾ ਇਸ ਦੇ ਨਾਲ ਜੁੜਿਆ ਹੋਇਆ ਹੈ। ਤੁਸੀਂ ਦੂਜੇ ਬੰਦਿਆਂ ਨੂੰ ਵੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਦੱਸ ਸਕਦੇ ਹੋ ਕਿ ਉਹ ਵੀ ਇਸ ਤੋਂ ਲਾਇਸੈਂਸ ਤੋਂ ਕਰਨ ਦੇ ਵੀ ਥੋੜ੍ਹਾ ਬਹੁਤ ਫਾਇਦਾ ਲੈ ਸਕਦੇ ਹਨ। ਬਾਕੀ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਹਾਂ, ਨੈਕਸਟ ਵੀਡੀਓ ਫਿਰ ਪਾਵਾਂਗੇ। ਵੀਡੀਓ ਦੇਖੀ, ਧੰਨਵਾਦ ਜੀ।